ਪਰਾਂ ਆਇਆ ਕਿੱਧਰ ਗਿਆ ਨਾ ਹੈਲੋ ਹੈਲੋ ਲੈਵਰੇ ਮੇਰੀ ਬੇਨਤੀ ਹੈ ਤਿੰਨ ਨੰਬਰ ਗਰਾਊਂਡ ਦੀਆਂ ਟੀਮਾਂ ਦੇਖੋ ਆਪਣੇ ਕੋਲ ਤਿੰਨ ਨੰਬਰ ਗਰਾਊਂਡ ਬਹੁਤ ਚਿਰ ਤੋਂ ਵਿਹਲਾ ਪਿਆ ਤੇ ਪਲੀਜ਼ ਆ ਕੇ ਆਪਾਂ ਮੈਚ ਖੇਡੀਏ ਤੇ ਦੋ ਨੰਬਰ ਗਰਾਊਂਡ ਦੇ ਵਿੱਚ ਵੀ ਮੈਚ ਕਿਹਾ ਵੀ ਬਹੁਤ ਸੋਹਣਾ ਖੇਡਿਆ ਜਾਣਾ ਇੱਕ ਪਾਸੇ ਕਹਿੰਦੇ ਢਾਣੀ ਮਹਿਤਾਬ ਸ਼ਕਤੀ ਦੀ ਟੀਮ ਹੈ ਔਰ ਦੂਜੇ ਪਾਸੇ ਮੈਂ ਤੱਕਦਾ ਵੀ ਮੁੰਡੇ ਕਹਿੰਦੇ ਵੀ ਮਾਨ ਖੜੇ ਵਾਲੇ ਆ ਗਏ ਆ ਸਰਦੂਲਗੜ੍ਹ ਮੰਡੀ ਦਾ ਏਰੀਆ ਕਹਿੰਦੇ ਜ਼ਿਲ੍ਹੇ ਮਾਨਸੇ ਦਾ ਲਾਸਟ ਕਹਿੰਦੇ ਪਿੰਡ ਆ ਵੀ ਜਿੱਥੇ ਪਾਣੀ ਪੰਜਾਂ ਨੇ ਜਾਲ ਬੰਨਿਆ ਤੇ ਉਸ ਧਰਤੀ ਦੀ ਕੁੱਖ ਵਿੱਚੋਂ ਮੈਂ ਜੰਮਿਆ ਤੇ ਸੋਨਾ ਉੱਗਦੀ ਹੈ ਜਿੱਥੋਂ ਦੀ ਆ ਔਰ ਜ਼ਮੀਨ ਜੱਟੀ ਆ ਮੈਂ ਪੁੱਤ ਹਾਂ ਪੰਜਾਬ ਦਾ ਸ਼ਕੀਨ ਜੱਟੀ ਆ ਮੈਂ ਪੁੱਤ ਹਾਂ ਪੰਜਾਬ ਦਾ ਸ਼ਕੀਨ ਜੱਟੀ ਆ ਵਾਹ ਸਾਹਮਣੇ ਕਹਿੰਦੇ ਮਲਕੀਤ ਨੇ ਕਮਾਲ ਜਿਹੜੀ ਕਰ ਦਿੱਤੀ ਹੈ ਔਰ ਇੱਕ ਤਕੜਾ ਨੰਬਰ ਆਪਣੀ ਟੀਮ ਦੇ ਹਿੱਸੇ ਨੇ ਵੀ ਜੋੜ ਦਿੱਤਾ ਹੈ ਬਾਈ ਜੀ ਉੱਧਰ ਇੱਕ ਨੰਬਰ ਗਰਾਊਂਡ ਦੇ ਨੇੜੇ ਜਿਹੜਾ ਅਗਲਾ ਮੈਚ ਕਹਿੰਦੇ ਖੇਡਿਆ ਜਾਣਾ ਹੈ ਜਿਹੜੀ ਟੀਮ ਨੇ ਜਿੱਤ ਗਈ ਉਹਦਾ ਰਹੇਗੀ ਗਰਾਊਂਡ ਦੇ ਵਿੱਚ ਉਹਦਾ ਮੈਚ ਹੋਊਗਾ ਦੜਬੀ ਦੀ ਟੀਮ ਦੇ ਨਾਲ ਕੁਆਟਰ ਫਾਈਨਲ ਮੈਚ ਮੇਰੀ ਬੇਨਤੀ ਹੈ ਦੜਬੀ ਵਾਲੇ ਮੁੰਡੇ ਗਰਾਊਂਡ ਦੇ ਨੇੜੇ ਆ ਕੇ ਵਾਰਮ ਅਪ ਰਵੇ ਜਿਹੜੀ ਟੀਮ ਇੱਕ ਨੰਬਰ ਗਰਾਊਂਡ ਵਿੱਚ ਜਿੱਤ ਗਈ ਉਹਦਾ ਮੈਚ ਕਹਿੰਦੇ ਖੇਡਿਆ ਜਾਣਾ ਦੜਬੀ ਵਾਲੇ ਮੁੰਡਿਆਂ ਦੇ ਨਾਲ ਤੇ ਦੂਜਾ ਕੁਆਟਰ ਫਾਈਨਲ ਮੈਚ ਖੇਡਿਆ ਜਾਣਾ ਹਾਂਸੀ ਤੇ ਮਾਨਖੇੜਾ ਤੇ ਢਾਣੀ ਮਹਿਤਾਬ ਸ਼ਕਤੀ ਦੀ ਟੀਮ ਵਿੱਚ ਜਿਹੜੀ ਟੀਮ ਜਿੱਤੇਗੀ ਦਰਿਆਪੁਰ ਦਾ ਮੈਚ ਖੇਡਿਆ ਜਾਣਾ ਪਿਰਸ਼ੀਆਂ ਦੀ ਟੀਮ ਦੇ ਨਾਲ ਤੇ ਜੋਧਪੁਰੀ ਦਾ ਤੇ ਸ਼ਹੀਦਾਂ ਵਾਲੀ ਦੀ ਜੇਤੂ ਟੀਮ ਖੇਡੂਗੀ ਢਾਣੀ ਮਹਿਤਾਬ ਸ਼ਹੀਦ ਉਧਮ ਸਿੰਘ ਕਲੱਬ ਦੇ ਨਾਲ ਇਹ ਜਿਹੜੇ ਕੁਆਟਰ ਫਾਈਨਲ ਆ ਚਾਰ ਤੇ ਮੇਰੀ ਬੇਨਤੀ ਹੈ ਜਿਹੜੀਆਂ ਆਪਾਂ ਮੈਚ ਬੋਲੇ ਹੋਏ ਆ ਸਾਰੀਆਂ ਟੀਮਾਂ ਆਪਣੇ ਆਪਣੇ ਗਰਾਊਂਡਾਂ ਦੇ ਨੇੜੇ ਆ ਕੇ ਹੁਣ ਵਾਰਮ ਅਪ ਰਹਿਣਗੇ ਹੈਲੋ ਲੈਬਰੇ ਇੱਕ ਨੰਬਰ ਗਰਾਊਂਡ ਦੇ ਨੇੜੇ ਆ ਜਾਓ ਭਰਾਵਣ ਕੇ ਟੀਮਾਂ ਜੋਧਪੁਰੀ ਵਾਲੇ ਮੁੰਡੇ ਤੇ ਨਾਲ ਮੇਰੀ ਬੇਨਤੀ ਹੈ ਸ਼ਹੀਦਾਂ ਵਾਲੀ ਦੀ ਟੀਮ ਜਿਹੜਾ ਮੈਚ ਕਹਿੰਦੇ ਖੇਡਿਆ ਜਾਣਾ ਦੂਜੇ ਰਾਊਂਡ ਦਾ ਲਾਸਟ ਕਹਿੰਦੇ ਮੈਚ ਤੇ ਨਾਲ ਇਸ ਤੋਂ ਬਾਅਦ ਦੜਬੀ ਵਾਲੇ ਮੁੰਡੇ ਇੱਕ ਨੰਬਰ ਗਰਾਊਂਡ ਦੇ ਬਿਲਕੁਲ ਨੇੜੇ ਆ ਕੇ ਕਹਿੰਦੇ ਵਾਰਮ ਅਪ ਰਹਿਣਗੇ ਸੈਂਡੀ ਹੁੱਡਾ ਭਰਾ ਸਾਡਾ ਕਹਿੰਦੇ ਗੁੜੀਏ ਖੇੜੇ ਵਾਲਾ ਤੇ ਬਹੁਤ ਬਹੁਤ ਮੁਬਾਰਕਾਂ ਨੇ ਸੈਂਡੀ ਹੁੱਡੇ ਸਾਡੇ ਯਾਰ ਨੂੰ ਅੱਜ ਦੇ ਹੈਪੀ ਬਰਥਡੇ ਤੇ ਵੀ ਸਾਨੂੰ ਫਕਰ ਦੋਸਤਾਂ ਦੇ ਤਾਂ ਹੁਣ ਯਾਰੀ ਸਾਡੀ ਦੇ ਚਰਚੇ ਆ ਰਾਜੇ ਖੇਡੇ ਸੌ ਰੱਬ ਦੀ ਸੱਚੇ ਯਾਰ ਨਹੀਂ ਜਾਂਦੇ ਪਰਖੇ ਆ ਜਿੰਨਾ ਵਧੀਆ ਕਹਿੰਦੇ ਖਿਡਾਰੀ ਆ ਤੇ ਓਨਾ ਹੀ ਵਧੀਆ ਕਹਿੰਦੇ ਇਨਸਾਨ ਆ ਸੈਂਡੀ ਹੁੱਡਾ ਸਾਡਾ ਵੀਰ ਤੇ ਅੱਜ ਦੇ ਕਹਿੰਦੇ ਭਰਾ ਨੂੰ ਜਨਮ ਦੇ ਲਈ ਬਹੁਤ ਬਹੁਤ ਮੁਬਾਰਕਾਂ ਨੇ ਵਿਸ਼ੇਸ਼ ਤੌਰ ਤੇ ਕਹਿੰਦੇ ਸਿੱਧੀਆਂ ਤਾਰਾਂ ਜੋੜੀ ਬੈਠਾ ਸੈਂਡੀ ਹੁੱਡਾ ਸਾਡਾ ਵੀਰ ਗੁੱਡੀਆ ਖੇਡਾ ਪਿੰਡ ਤੇ ਐਨ ਕਹਿੰਦੇ ਗੱਲਾਂ ਲਾਉਂਦਾ ਟਿਕਾ ਨੇ ਗੱਡੀ ਮੇਰੇ ਹੀ ਉਹ ਲੈ ਕੇ ਗਿਆ ਰਾਵਣ ਹੈਗਾ ਕੀ ਗੱਲ
ਹੈਲੋ ਕਿੰਨੇ ਹੋ ਗਏ ਨੰਬਰ ਇਧਰ ਚਾਰ ਤੇ ਸੱਤ ਠੀਕ ਹੈ ਜੀ ਲੱਗ ਰਹੇ ਦੋ ਨੰਬਰ ਗਰਾਊਂਡ ਦੇ ਪੁਆਇੰਟ ਦੱਸਿਓ ਜੀ ਕਿੰਨੇ ਕਿੰਨੇ ਹੋ ਗਏ ਬਾਈ ਜੀ ਸਕੋਰ ਇੱਕ ਤੇ ਫਿਰ ਚਾਰ ਨੰਬਰ ਨੇ ਢਾਣੀ ਮਹਿਤਾਬ ਦੀ ਟੀਮ ਦੇ ਪੰਜ ਹੋ ਗਏ ਦੋਨਾਂ ਪੰਜ ਨੰਬਰ ਨੇ ਢਾਣੀ ਮਹਿਤਾਬ ਦੀ ਟੀਮ ਦੇ ਔਰ ਇੱਕ ਜਿਹੜਾ ਪੁਆਇੰਟ ਕਦੇ ਮਾਨ ਖੇੜਾ ਦੀ ਟੀਮ ਦਾ ਸਹੀ ਗੱਲ ਆ ਬਹੁਤ ਤਕੜਾ ਸਾਰੀ ਵਧੀਆ ਉੱਠੇ ਸੀ ਉਹ ਕਮਲ ਵੀ ਬੜੇ ਮੈਂ ਦੇਖਿਆ ਜਦੋਂ ਉੱਠਿਆ ਉੱਠਿਆ ਯਾਰ ਇਹ ਇਹਨਾਂ ਦਾ ਸਾਰੀ ਵਧੀਆ ਉੱਠੀ ਕਮਲ ਸੀ ਅਜੀਤ ਪ੍ਰਦੀਪ ਬਾਜੀ ਸ਼ਹੀਦਾਂ ਵਾਲੀ ਦੀ ਟੀਮ ਆ ਗਈ ਪਰ ਤਿੰਨ ਨੰਬਰ ਗਰਾਊਂਡ ਦੇ ਵਿੱਚ ਰੋੜੀ ਠੀਕ ਹੈ ਉੱਥੇ ਵੀ ਅਜੀਗਾ ਉਹ ਵੀ ਤਗੜੇ ਖੇਡੇ ਨੇ ਕੋਚ ਆ ਜਾਓ ਬਈ ਹੁਣ ਤੁਸੀਂ ਵੀ ਕਾਂਤੇ ਦੇ ਪਿੰਡ ਹੋਇਆ ਜੀ ਉੱਥੇ ਇਹਨਾਂ ਨੇ ਰੋੜੀ ਜਾ ਸੱਤੇ ਉਹਨਾਂ ਨਾਲ ਬਹੁਤ ਤਗੜਾ ਮੈਚ ਲਾਇਆ ਸੀ ਇਹਨਾਂ ਨੇ ਜਾਲ ਕੀ ਲੱਗਾ ਮੈਚ ਵੀ ਸਾਡਾ ਨਵੀਂ ਹੈਪੀ ਕਿਤੇ ਦੋਨੇ ਕਮੈਂਟੇਟਰ ਕਹਿੰਦੇ ਨੇ
ਕਰਾਉਣਿਆ ਕਰਾਉਣਿਆ ਐਨ ਐਲ ਵੀਰ ਇੱਕ ਅਨਾਊਂਸਮੈਂਟ ਆ ਜਾਂਦਾ, ਕਮੈਂਟਰੀਟਰ ਉੱਧਰ ਚਲੇ ਗਏ। ਠੀਕ ਹੈ ਜੀ, ਸਖਤੀ ਫਾਈਨਲ ਰੇਡ ਵੀ ਅੱਜ ਨਿਲ ਕੰਬੋਜ ਬਣੀ 11 ਹੈਪੀ ਹੈਗਾ ਮੇਗਾ ਸ਼ਕਤੀ ਟੀਮ ਵਿਨਰ ਹੁੰਦੀ ਅੱਜ ਦਾ ਫਾਈਨਲ ਮੈਚ 1100 ਨਿਲ ਕੰਬੋਜ ਬਣੀ। ਹੈਲੋ ਭਾਜੀ ਕਿੰਨੇ ਹੋ ਗਏ ਨੰਬਰ ਜੀ ਇੱਧਰ ਸਕੋਰ? 8-1 ਜੀ। ਔਰ ਉੱਧਰ ਔਰ ਭਰਾ ਕਹਿੰਦਾ ਜੇ ਢਾਣੀ ਮਹਿਤਾਬ ਦੀ ਟੀਮ ਅੱਜ ਫਾਈਨਲ ਦੇ ਵਿੱਚ ਪਹੁੰਚਦੀ ਹੈ ਤੇ ਆਪਾਂ ਸਾਰੀ ਟੀਮ ਦਾ ਸਨਮਾਨ ਕਹਿੰਦੇ 1100 ਦੀ ਨਗਦ ਰਾਸ਼ੀ ਨਾਲ ਕਹਿੰਦੇ ਕਰ ਦਿਆਂਗੇ। ਅਨਿਲ ਕਪੂਰ ਦਾ ਵੀਰ ਵੱਡੇ ਕਹਿੰਦੇ ਮਾਣ ਕਰਦਾ ਤੇ ਭਾਵਾਂ ਤੋਂ ਵੱਧ ਕੇ ਕਹਿੰਦਾ ਪਿਆਰ ਹੈ। ਧਾਣੀ ਮਹਿਤਾਬ ਦਰਿਆਪੁਰ ਹਜਰਾਵਾਂ ਐਲੀ ਸਦਰ, ਇਹ ਗੱਲਾਂ ਕੋਈ ਵੱਖ ਵੱਖ ਨਹੀਂ ਆ, ਇਹਨਾਂ ਪਿੰਡਾਂ ਦੇ ਵਿੱਚ ਪਿਆਰ ਵੀ ਬਹੁਤ। ਔਰ ਨਾਲ ਹੀ ਉਧਰ ਤੋਲੂ ਸਾਡਾ ਭਰਾ ਕਹਿੰਦਾ ਜੀ ਢਾਣੀ ਮਹਿਤਾਬ ਵਾਲੇ ਮੁੰਡੇ ਅੱਜ ਕਹਿੰਦੇ ਫਾਈਨਲ ਦੇ ਵਿੱਚ ਪਹੁੰਚਦੇ ਸ਼ਕਤੀ ਦੀ ਟੀਮ ਤੇ ਜਿਹੜਾ ਖਿਡਾਰੀ ਕਹਿੰਦੇ ਜਸ਼ਨ ਖੇਡਦਾ ਰੈਡ ਕਲਰ ਦੀ ਟੀ ਸ਼ਰਟ ਦੇ ਵਿੱਚ ਉਹਦਾ ਸਨਮਾਨ ਕਹਿੰਦੇ ਆਪਾਂ ਵਿਸ਼ੇਸ਼ ਤੌਰ ਤੇ ਇੱਕ ਵੱਡੇ ਕੱਪ ਦੇ ਨਾਲ ਕਦੇ ਕਰ ਦਿਆਂਗੇ। ਲੈ ਵੀ ਜਸ਼ਨ ਫੜ ਲੈ ਤਿਆਰੀ, ਮਾਣ ਕਰਦੇ ਤੇਰੀ ਖੇਡ ਦੇ। ਹਰਮਨ ਇਹ ਚੱਲਦਾ ਆਪਣਾ ਪ੍ਰੀ ਕੁਆਟਰ ਮੈਚ ਹੈ ਵੀਰੇ, ਇਸ ਤੋਂ ਬਾਅਦ ਕੁਆਟਰ ਦੀਆਂ ਟੈਂਜਾਂ ਪਾ ਦੀਆਂ, ਅਗਲਾ ਮੈਚ ਕੁਆਟਰ ਹੀ ਚੱਲਣਾ ਇਸ ਤੋਂ ਬਾਅਦ। ਹੈਲੋ ਹੈਲੋ ਲੱਗੀ ਰੋਹਿਤ ਕਿੰਨੇ ਹੋ ਗਏ ਨੰਬਰ ਉਧਰ? 25% ਹੀ ਆ ਹੁਣ 13-5। ਬੋਲ
ਲੈਵਰੇ ਟੀਮਾਂ ਜਿਹੜੀਆਂ ਧਿਆਨ ਦੇਣਗੀਆਂ ਦਰਿਆਪੁਰ ਤੇ ਪਿਲਸ਼ੀਆਂ। ਇਹ ਟੀਮਾਂ ਦੇ ਖਿਡਾਰੀ ਵੀਰ ਭਰਾ ਬਣ ਕੇ ਇੱਕ ਨੰਬਰ ਗਰਾਊਂਡ ਦੇ ਬਿਲਕੁਲ ਨੇੜੇ ਜਾ ਕੇ ਵਾਰਮ ਅਪ ਲੈਣਗੇ। ਦਰਿਆਪੁਰ ਤੇ ਪਿਲਸ਼ੀਆਂ ਦੀ ਟੀਮ ਜਿਹੜਾ ਮੈਚ ਇਸ ਤੋਂ ਬਾਅਦ ਕਹਿੰਦੇ ਖੇਡਿਆ ਜਾਣਾ। ਮੈਚ ਹੋ ਗਿਆ ਰੋਵਿੰਦਰ ਬਾਈ ਜੀ ਆ ਜਾਓ ਯਾਰ। ਦਰਿਆਪੁਰ ਤੇ ਪਿਲਸ਼ੀਆਂ ਦੀ ਟੀਮ ਇੱਕ ਨੰਬਰ ਗਰਾਊਂਡ ਦੇ ਵਿੱਚ ਦੜਬੀ ਦਾ ਮੈਚ ਖੇਡਿਆ ਜਾਣਾ। ਹੁਣ ਜੀਨ ਦੀ ਟੀਮ ਦੇ ਨਾਲ ਇਹ ਮੈਚ ਆਪਾਂ ਕਰਾਵਾਂਗੇ ਤਿੰਨ ਨੰਬਰ ਗਰਾਊਂਡ ਦੇ ਵਿੱਚ। ਚੱਲ ਠੀਕ ਲੱਗ ਰਿਹਾ। ਜੋਤ ਪ੍ਰਿਆ ਤੇ ਸ਼ਹੀਦਾਂ ਵਾਲੀ ਦੀ ਟੀਮ ਇੱਧਰ ਇੱਕ ਨੰਬਰ ਗਰਾਊਂਡ ਦੇ ਵਿੱਚ ਆ ਜਾਣਗੇ ਬਾਈ ਬਣ ਕੇ। ਜੋਤ ਪ੍ਰਿਆ ਤੇ ਸ਼ਹੀਦਾਂ ਵਾਲੀ ਦੀ ਟੀਮ ਇੱਕ ਨੰਬਰ ਗਰਾਊਂਡ ਦੇ ਵਿੱਚ ਆ ਕੇ ਆਪਾਂ ਮੈਚ ਖੇਡੀਏ, ਕਿਉਂਕਿ ਜਿਹੜਾ ਦੂਜੇ ਰਾਊਂਡ ਦਾ ਆਪਣੇ ਕੋਲ ਲਾਸਟ ਮੈਚ ਹਾਲੇ ਪੈਂਡਿੰਗ ਪਿਆ। ਹਰਮਨ ਸਕੋਰ ਦੱਸਦੇ ਹਾਂ, ਕਿੰਨੇ ਹੋ ਗਏ ਸਕੋਰ? 9-3 ਜੀ। ਡਿਊਟੀ ਦੂਰ ਹੋ ਰਹੀ ਹੈ, ਮਤਲੀ ਹੋ ਰਹੀ ਹੈ। ਨਹੀਂ ਨਹੀਂ ਜੇ ਪਤਾ ਕਿਆ, ਫੇਸਬੁੱਕ ਕੁਛ ਪਰਸੈਂਟ ਨਾ ਕਵੀ ਹੋਤਾ। ਮੈਂ ਆਪ ਮੇਰੇ ਜ਼ਿਆਦਾ ਅਨਿਲ ਖਟਖੜ ਜੀ, ਮੈਂ ਕਵੀ ਬਹੁਤ ਕਮੈਂਟ ਪੜ੍ਹਦਾ ਹੂੰ ਬਾਈ। ਆਪਣਾ ਫੇਸਬੁੱਕ ਨਾ ਕੁਛ ਪਰਸੈਂਟ ਜਿਹੜੇ ਕਮੈਂਟ ਨੇ ਹਾਈਡ ਕਰਨ ਵਾਲੇ, ਉਹ ਤੁਸੀਂ ਲਾਈਵ ਖੋਲ ਲਿਓ। ਇੱਕ ਲਾਈਵ ਤੇ ਤਾਂ ਸੋ ਹੁੰਦੇ ਹੋਣਗੇ, ਦੂਜੇ ਤੇ ਹੁੰਦੇ ਹੀ ਨਹੀਂ ਸੋ। ਮੇਰਾ ਨੰਬਰ ਨੋਟ ਕਰ ਲਓ, ਕਈ ਵਾਰ ਹੈਗਾ। ਫਿਰ ਐਸਾ ਕਰੋ ਨਾ, ਮੇਰੇ ਕੋਲ ਵਟਸਐਪ ਤੇ ਮੈਸੇਜ ਕਰ ਦਿਓ, ਕਈ ਵਾਰ ਮੈਂ ਆਪਕਾ ਕਮੈਂਟ ਨਾ ਪੜੂ ਨਾ, ਮੇਰਾ ਸਾਥ ਮੈਂ ਨਹੀਂ ਵਾਰ ਤੋਂ ਮੈਂ ਵੀ ਸਮਝੋ ਲਾਈਵ ਮੈਂ ਕਮੈਂਟ ਵੀ ਜ਼ਿਆਦਾ ਜਿਹੜਾ ਛੁੱਟ ਵੀ ਕਈ ਵਾਰ ਤੋਂ ਹਾਂ ਕਮੈਂਟ ਵੀ ਕਈ ਵਾਰ ਐਸਾ ਯਾਰ 10-12 ਕਮੈਂਟ ਕਰ ਲਿਆ ਰਾਤ ਵੀ ਮਾਂ ਯਾਰ ਕਿ ਮੈਂ ਨਾਰਾਜ਼ਗੀ ਹੈ। ਨਹੀਂ 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 ਐਸੀ ਵਾਰ ਨਹੀਂ। ਦੇਖੋ ਆਪ ਹਨਾ ਭਾਈ, ਦੇਖੋ ਪਹਿਲੀ ਵਾਰ ਮਿਲਿਆ ਹੈ। ਰਮਨ ਤੋਂ ਅੱਛੀ ਤਰ੍ਹਾਂ ਜਾਣਦਾ ਹੋ? ਹਾਂ ਨਹੀਂ, ਕਿਸੇ ਕੇ ਸਾਥ ਵੀ ਹਮਾਂ ਜੋ ਚਲੋ ਆਪਣੇ ਸਾਰੇ ਬਰਾਬਰ ਸਾਰੇ ਬਰਾਬਰ। ਕਿਸੇ ਕਾ ਕਮੈਂਟ ਜਾਣ ਬੁੱਝ ਕਰ ਤੋ ਹੋ ਹੀ ਨਹੀਂ ਸਕਤਾ ਵੀ ਹਮ ਨਹੀਂ ਪੜੇ, ਜੇ ਦਿੱਕਤ ਹੋ ਜਾਤੀ ਹੈ ਕਈ ਵਾਰ ਨਾ, ਹੈਡ ਹੋ ਜਾਤਾ ਹੈ ਕਮੈਂਟ, ਹਮਾਰੇ ਪਾਸ ਆਤਾ ਹੀ ਨਹੀਂ ਹੈ।
ਬਾਈ ਤੋਂ ਵਟਸਐਪ ਤੇ ਮੈਸੇਜ ਕਰ ਦੇਣਾ, ਜਰੂਰ ਬੜੇਗੇ ਬਾਈ, ਜਰੂਰ ਬਾਈ ਜੀ। ਹੋਰ ਸਭ ਠੀਕ ਠਾਕ? ਹਾਂ ਬਾਈ, ਵਧੀਆ ਵਧੀਆ। ਕੀ ਹਾਲ ਅਰਮਨ? ਕਿੰਨੇ ਹੋ ਗਏ? ਰਾਣੀ ਮਹਿਤਾਬ ਦਾ ਮੈਚ ਹੋਣਾ ਗਾ ਵੀਰੇ, ਹਰਮਨ ਹੋਣਾ ਹਜੇ। ਪਰਲੀ ਕਿਹੜੀ ਟੀਮ ਹੈ? ਪਰਲੀ ਹੈਗੀ ਹੈਗੀ ਆਪਣੀ ਸਖਤੀ ਢਾਣੀ ਮਹਿਤਾਬ ਦੀ ਟੀਮ, ਸਖਤੀ ਢਾਣੀ ਮਹਿਤਾਬ। ਖੇਲੇ ਨੀ ਬਈ ਅੱਜ? ਹੋਰ ਮਨ ਪਛਾਣਾ ਨੀ, ਪਛਾਣਾ ਨੀ, ਪਛਾਣ ਲਿਆ ਬਈ, ਬਾਈ ਠੀਕ ਆ? ਭਗਤ ਨਹੀਂ ਪਛਾਣਿਆ? ਨਹੀਂ ਨਹੀਂ ਠੀਕ ਆ। ਲੈਵਰੇ ਦੜਪੀ ਤੇ ਨਾਲ ਮੇਰੀ ਬੇਨਤੀ ਆ, ਜਿਹੜਾ ਮੈਚ ਖੇਡਿਆ ਜਾਣਾ ਜੀਨ ਦੀ ਟੀਮ, ਇਹ ਟੀਮਾਂ ਦੇ ਖਿਡਾਰੀ ਵੀਰ ਭਰਾ ਮਿਲ ਕੇ ਇੱਕ ਨੰਬਰ ਗਰਾਊਂਡ ਦੇ ਬਿਲਕੁਲ ਨੇੜੇ ਜਾ ਕੇ ਵਾਰਮ ਅਪ ਰਹਿਣਗੇ, ਦੜਬੀ ਤੇ ਜੀਨ ਦੀ ਟੀਮ। ਹੈਲੋ ਬਾਈ ਜੀ, ਕਰਾਓ ਯਾਰ ਮੈਚ ਸ਼ੁਰੂ, ਮੈਚ ਸ਼ੁਰੂ ਕਰਾਓ ਜੀ। ਦੋ ਨੰਬਰ ਗਰਾਊਂਡ ਦਾ ਵੀਰੇ ਕਾਹਤੋਂ ਰੋਕ ਰੱਖਿਆ? ਲੈਵਰੇ ਕਿੰਨੇ ਨੰਬਰ ਹੋ ਗਏ? ਦੋ ਨੰਬਰ ਗਰਾਊਂਡ ਦੇ ਪੁਆਇੰਟ ਦੱਸੋ ਜੀ, ਨੌ ਤੇ ਪੰਜ, ਇੱਧਰ ਉੱਧਰ ਨੌ ਆਣਾ ਜੀ, ਪੰਜ ਨੌ, ਠੀਕ ਹੈ ਜੀ।
ਇਸ ਤੋਂ ਬਾਅਦ ਬਾਈ ਜੀ ਦੋ ਨੰਬਰ ਗਰਾਊਂਡ ਦੇ ਨੇੜੇ ਆਉਣਗੀਆਂ ਦਰਿਆਪੁਰ ਤੇ ਪਲਸ਼ੀਆਂ ਦੀ ਟੀਮਾਂ। ਇਹ ਟੀਮਾਂ ਦੇ ਖਿਡਾਰੀਆਂ ਨੂੰ ਮੇਰੀ ਬੇਨਤੀ ਆ ਬਾਈ ਬਣ ਕੇ ਬਿਲਕੁਲ ਗਰਾਊਂਡ ਦੇ ਨੇੜੇ ਆ ਕੇ ਔਰ ਜਿਹੜੀਆਂ ਦੋਨੇ ਟੀਮਾਂ ਰੈਡੀ ਰਹਿਣਗੀਆਂ ਤੇ ਇੱਕ ਨੰਬਰ ਗਰਾਊਂਡ ਦੇ ਲਾਗੇ ਆ ਕੇ ਜਿਹੜਾ ਮੈਚ ਕਦੇ ਖੇਡਿਆ ਜਾਣਾ ਜੀਤ ਤੇ ਦਰਬੀ ਵਾਲੇ ਮੁੰਡੇ ਆ। ਪਰ ਮੈਚ ਮੇਰੇ ਮਿੱਤਰੋ ਕਹਿੰਦੇ ਦੋ ਨੰਬਰ ਗਰਾਊਂਡ ਦੇ ਵਿੱਚ ਬਹੁਤ ਚੋਟੀ ਦਾ ਖੇਡਿਆ ਜਾ ਰਿਹਾ। ਇੱਕ ਪਾਸੇ ਕਹਿੰਦੇ ਢਾਣੀ ਮਹਿਤਾਬ ਵਾਲੇ ਮੁੰਡੇ ਆ ਔਰ ਅਨਿਲ ਕੰਬੋ ਸਾਡਾ ਭਰਾ ਕਹਿੰਦਾ ਜੇ ਸ਼ਕਤੀ ਆ ਆਪਣੀ ਟੀਮ ਨੂੰ ਅੱਜ ਫਾਈਨਲ ਦੇ ਵਿੱਚ ਲੈ ਕੇ ਜਾਂਦਾ ਤੇ ਅਗਲੇ ਟੂਰਨਾਮੈਂਟ ਤੇ ਕਹਿੰਦੇ ਸਾਰੀ ਟੀਮ ਦਾ ਸਨਮਾਨ ਆਪਾਂ 1100 ਦੀ ਨਗਦ ਰਾਸ਼ੀ ਦੇ ਨਾਲ ਕਦੇ ਕਰ ਦਿਆਂਗੇ ਆ। ਮਲਕੀਤ ਇਹਨਾਂ ਛੋਟੀਆਂ ਛੋਟੀਆਂ ਗਲਤੀਆਂ ਦਾ ਤੇ ਖਾਮਿਆਂ ਦਾ ਬਹੁਤ ਵੱਡਾ ਭੁਗਤਣਾ ਪੈਣਾ। ਹੋ ਜਾ ਕਾਬੂ ਆ ਨਹੀਂ ਇਹਨਾਂ ਨੇ ਤੈਨੂੰ ਕਾਬੂ ਦੇ ਵਿੱਚ ਕਰ ਲੈਣਾ। ਔਰ ਸਾਹਮਣੇ ਕਦੇ ਭੁੱਲਰ ਹੋਣਾ ਪੜੋਸੀਆ ਇਕੱਲੇ ਇਕੱਲੇ ਨੂੰ ਸਮਝਾਈ ਆਉਂਦਾ ਵੀ ਇਹਨਾਂ ਨੂੰ ਇੰਜ ਨਹੀਂ ਆ ਐਵੇਂ ਹੱਲ ਕਦੇ ਨਾਲ ਕੋਈ ਨਾ ਕੋਈ ਕਰਨਾ ਪੈਣਾ। ਔਰ ਸਰਵਿਸ ਕਰਦੇ ਲਈ ਕਹਿੰਦੇ ਹਰਮਨ ਮੇਰੇ ਮਿੱਤਰੋ ਥਰਾਦ ਵਾਲੇ ਪਿੰਡ ਦਾ ਫਿਰ ਤੋਂ ਬਿਲਕੁਲ ਕਦੇ ਤਿਆਰ ਬਰ ਤਿਆਰ ਹੈ ਵੀ ਐਵੇਂ ਇਹਨਾਂ ਮਾਣ ਬਹੁਤਾ ਪੈਸਿਆਂ ਦਾ ਕਰੀਏ ਆ ਤੇ ਬੋਲੀ ਇਹਨਾਂ ਬੋਲ ਬੰਦਾ ਵੀ ਰੱਬ ਕੋਲੋਂ ਡਰੀਏ ਤੇ ਮੂੰਹੋਂ ਨਿਕਲੀ ਗੱਲ ਮੂੰਹ ਵਿੱਚ ਪੈਂਦੀ ਆ ਤੇ ਜਦੋਂ ਬੰਦਾ ਪੈਰ ਛੱਡ ਜਾਵੇ ਆਹ ਗੁੱਡੀ ਚੜੀ ਅਸਮਾਨੋਂ ਡਿੱਗ ਪੈਂਦੀ ਆ। ਜਦੋਂ ਬੰਦਾ ਪੈਰ ਛੱਡ ਜਾਵੇ ਗੁੱਡੀ ਚੜੀ ਅਸਮਾਨੋਂ ਡਿੱਗ ਪੈਂਦੀ ਆ। 9 ਨੰਬਰ ਨੇ ਢਾਣੀ ਮਹਿਤਾਬ ਦੀ ਟੀਮ ਦੇ ਤੇ 6 ਨੰਬਰ ਨੇ ਮਾਨ ਖੇੜੇ ਵਾਲੇ ਮੁੰਡਿਆਂ ਦੇ। 9 ਤੇ ਟੱਕਰ ਕਹਿੰਦੇ 6 ਦੀ ਹੈ। ਹੁਣ ਜਾਂ ਤਾਂ 9ਵੇਂ ਤੋਂ 10ਵਾਂ ਲੱਗੂਗਾ ਜਾਂ ਫੇਰ ਦੁਬਾਰੇ ਕਹਿੰਦੇ ਸਰਵੀ ਚੇਂਜ ਹੋਣੀ ਆ। ਆ ਗਈ ਆ ਗਈ
ਲੈਵਰੇਜ ਤੋਂ ਬਾਅਦ ਇੱਕ ਨੰਬਰ ਗਰਾਊਂਡ ਦੇ ਨੇੜੇ ਆਉਣਗੇ ਮੁੰਡੇ ਪਲਸ਼ੀਆਂ, ਸੋਰੀ ਦੋ ਨੰਬਰ ਗਰਾਊਂਡ ਦੇ ਨੇੜੇ ਪਲਸ਼ੀਆਂ ਤੇ ਦਰਿਆਪੁਰ ਦੀ ਟੀਮ। ਇੱਕ ਨੰਬਰ ਗਰਾਊਂਡ ਦੇ ਵਿੱਚ ਮੈਚ ਖੇਡਿਆ ਜਾਣਾ ਜੀਂਦ ਤੇ ਦੜਪੀ ਦਾ। ਤਿੰਨ ਨੰਬਰ ਗਰਾਊਂਡ ਦੇ ਵਿੱਚ ਆਪਾਂ ਕੁਆਟਰ ਫਾਈਨਲ ਮੈਚ ਕਰਾਵਾਂਗੇ ਜੋਧਪੁਰੀ ਦਾ ਤੇ ਉਤਮ ਸਿੰਘ ਕਲੱਬ ਢਾਣੀ ਮਹਿਤਾਬ ਦੀ ਟੀਮ ਦਾ। ਲੈ ਵੀ ਜੋਧਪੁਰੀ ਵਾਲੀ ਜਿਹੜੀ ਵੀ ਟੀਮ ਜਿੱਤੇਗੀ ਉਧਰ ਉਹਦਾ ਮੈਚ ਖੇਡਿਆ ਜਾਣਾ ਸ਼ਹੀਦ ਉਤਮ ਸਿੰਘ ਕਲੱਬ ਢਾਣੀ ਮਹਿਤਾਬ ਦੀ ਟੀਮ ਦੇ ਨਾਲ ਤਿੰਨ ਨੰਬਰ ਗਰਾਊਂਡ ਦੇ ਵਿੱਚ ਕੁਆਟਰ ਫਾਈਨਲ। ਆਇਆ ਜੀ ਆਇਆ ਰਵੀ ਕੋਚ ਆਇਆ ਵੀਰੇ
ਧੰਨਵਾਦ ਧੰਨਵਾਦ ਰਵੀ ਵੀਰੇ, ਬਹੁਤ ਬਹੁਤ ਧੰਨਵਾਦ ਸਟਾਰ ਭੇਜਣ ਲਈ। ਆਹ ਬੰਦੇ ਨੇ ਯਾਰ, ਬੰਦੇ ਨੇ ਮਰ ਕੇ ਤਾਂ ਬਾਲ ਚੁੱਕਿਆ। ਦਮਨ ਸਕੋਰ ਕੀਆ ਦਮਨ ਗਿਆਰਾਂ ਅੱਠ ਆ ਜੀ ਅਨਿਲ ਜੀ। ਓਕੇ ਓਕੇ ਰਵੀ, ਕਮੈਂਟਰੇਟਰਾਂ ਨੂੰ ਆ ਜਾਣਦੇ, ਕਮੈਂਟਰੇਟਰ ਸਾਰੀ ਨੀਂਦੇ ਜੇ ਹੁਣ ਚਲੇ ਗਏ ਕਿਸੇ ਪਾਸੇ, ਕਰਾਉਣਾ ਅਨਾਊਂਸਮੈਂਟ ਵੀਰੇ ਮੈਂ ਤੇਰੀ। ਓਕੇ ਓਕੇ ਅਨਿਲ ਵੀਰੇ, ਪੈਨ ਨੰਬਰ ਦੇ ਲਾਈਵ ਆ ਜੀ, ਦੜਬੀ ਸਪੋਰਟਸ ਲਾਈਵ ਆਗਾ। ਨੋ 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 ਬੜੀ ਅੰਦਰ
ਪੈਂਟ ਲੈ ਦਾ ਮੁੰਡੇ ਨੂੰ। ਇਹਦੇ ਹੱਥਾਂ ਦੀ ਕਮਾਲ ਆ, ਇਹਦੇ ਹੱਥ ਲੱਗ ਗਏ। ਬਾਜੀ ਇੱਕ ਨੰਬਰ ਗਰਾਊਂਡ ਦੇ ਸਕੋਰ ਦੱਸਿਓ ਜੀ, ਕਿੰਨੇ ਕਿੰਨੇ ਪੁਆਇੰਟ ਆ? ਲੈਵਰ ਆ ਜਾਓ ਯਾਰ ਜੋਤ ਉਪਰੀਆ। ਤੇ ਨਾਲ ਮੇਰੀ ਬੇਨਤੀ ਹੈ ਸ਼ਹੀਦ ਊਧਮ ਸਿੰਘ ਕਲੱਬ ਢਾਣੀ ਮਹਿਤਾਬ ਦੀ ਟੀਮ, ਇਹ ਜਿਹੜੀਆਂ ਟੀਮਾਂ ਮੇਰੇ ਤਿੰਨ ਨੰਬਰ ਗਰਾਊਂਡ ਦੇ ਵਿੱਚ ਆ ਜਾਣਗੀਆਂ ਭਰਾਵਣ ਕੇ, ਤੇ ਇੱਕ ਨੰਬਰ ਗਰਾਊਂਡ ਦੇ ਵਿੱਚ ਜੀਤ ਤੇ ਗੜਬੀ ਦੀ ਟੀਮ। ਦੇਖ ਲਓ ਬਈ ਯਾਰ, ਜਦ ਆਪਾਂ ਫਿਰ ਉਹ ਗਰਾਊਂਡ ਬੰਦ ਕਰ ਦਿੰਦੇ ਥੋੜਾ ਟਾਈਮ ਬਚ ਜੂਗਾ ਹੋਰ ਤੰਗੀ। ਮੁੰਡਿਆ ਬਰਾਬਰੀ ਨੇ, 11-12 ਖਾਨੀ 12 17 ਪਰੇ ਹੋ ਜੀ ਵੀਰੇ ਅੱਗੇ ਹੋ। ਹੈਲੋ ਹੈਲੋ ਬਾਈ ਜੀ, ਇੱਕ ਨੰਬਰ ਗਰਾਊਂਡ ਦੇ ਵਿੱਚ ਭਰਾ ਬਣ ਕੇ ਗੜਬੀ ਦੇ ਜੀਂਦ ਵਾਲੇ ਮੁੰਡੇ ਆ ਜਾਓ ਯਾਰ, ਮੈਚ ਬਹੁਤ ਸੋਹਣਾ ਲੱਗਿਆ। ਲਾਇਬ੍ਰੇਰੀ ਇੱਧਰ ਕਿੰਨੇ ਕਿੰਨੇ ਨੰਬਰ ਹੋ ਗਏ ਦੱਸਿਓ ਜੀ ਸਕੋਰ, ਕਿੰਨੇ ਕਿੰਨੇ ਨੰਬਰ ਹੈ ਬਈ? ਵਾਹ ਜੀ ਵਾਹ, 12-12 ਨੰਬਰ ਹੈ ਬਈ। ਇੱਕ ਵਾਰ ਤਾੜੀ ਮਾਰੋ ਜਿਹੜੇ ਵੀਰ ਸ਼ੁਰੂ ਤੋਂ ਮੈਂ ਦੇਖ ਰਿਹਾ ਹੈ, 12-12 ਨੰਬਰ ਬਰਾਬਰ ਹੈ। ਨੰਬਰ ਹੁਣ ਮੇਰੇ ਹਿਸਾਬ ਨਾਲ 13 ਲੱਗਿਆ ਹੈ, 13 ਦੇ 12 ਦੀ ਟੱਕਰ ਹੈ, ਮੈਨ ਬੜਾ ਚੋਟੀ ਦਾ ਲੱਗਿਆ ਹੈ। ਆਹ ਸਾਹਮਣੇ ਢਾਣੀ ਮਹਿਤਾਬ ਵਾਲੇ ਕਿਹੜੇ ਫਿੱਟ ਹੈ ਪੂਰੇ, ਹਾਸਪੁਰੀਆ ਕਿਹੜੇ ਪੁਲਸੀਆ ਸੱਦਿਆ ਹੋਇਆ ਮੁੰਡਿਆਂ ਨੇ, ਸਿੰਘ ਸਰਦਾਰ ਕਿਹੜੇ ਮੁੰਡਾ ਖੇਡਦਾ ਨਾਲ, ਮਾਨ ਖੇੜਾ ਪਿੰਡ ਹੈ, ਆਰ ਸਾਹਮਣੇ ਸਜਰਾ ਸ਼ਰੀਕ ਕਹਿੰਦੇ ਬਣਿਆ ਹੋਇਆ ਪਿੰਡ ਵਾਲੇ ਮੁੰਡਿਆਂ ਦਾ, ਆਰ ਸਾਹਮਣੇ ਨਵਾਬ ਕਹਿੰਦੇ ਆਇਆ ਹੋਇਆ ਹੈ, ਔਰ ਨੈਟ ਤੇ ਪੂਰਾ ਫਿੱਟ ਹੈ ਮੁੰਡਾ। ਇਧਰਲੇ ਪਾਸੇ ਟਿੱਬੇ ਵਾਲਾ ਸੁਪਨਾ ਔਰ ਉਧਰਲੇ ਪਾਸੇ ਕਹਿੰਦੇ ਨਵਾਬ, ਦੋਨਾਂ ਦੀ ਕਹਿੰਦੇ ਟੱਕਰ ਬੜੀ ਟੋਪਰੀ ਹੈ, ਪਰ ਸਾਹਮਣੇ ਪੁਲਸੀਆ ਨੀ ਲੋਟ ਆਉਂਦਾ ਛੇਤੀ, ਪੁਲਸੀਆ ਕਿਹੜੇ ਫਿੱਟ ਹੈ ਪੂਰਾ,
ਔਰ ਸਾਹਮਣੇ ਧੱਫੜ ਕਿਹੜੇ ਟਾਂਬ ਦਾ ਪਾ ਦਿੱਤਾ ਨੰਬਰ 14 ਲੱਗੇ ਦਰੇ ਪਾਸੇ ਲਵੀ ਢਾਣੀ ਮਹਿਤਾਬ ਵਾਲੇ ਹੋ ਤਕੜਾ ਦਸ ਮੁੰਡਿਆਂ ਨੂੰ ਕੋਈ ਗੁਰ ਤੇ ਫਿਰ ਸ਼ਾਇਦ ਗੱਲ ਬਣ ਜਾਵੇ ਆ ਸਾਹਮਣੇ ਨਹੀਂ ਦੇ ਫਿਰ ਫਿੱਟ ਹੋ ਗਏ ਆ ਮਾਣ ਖੇਡੇ ਵਾਲੇ ਆ ਵਾਪਸੀ ਕਰਦੇ ਨਜ਼ਰ ਆ ਰਿਹਾ ਹੈ ਜਾਂ ਕਹਿ ਹਾਸਪੁਰੀ ਕਿਹੜੇ ਪੁਲਸੀਏ ਨੂੰ ਤੇ ਫਿਰ ਸ਼ਾਇਦ ਗੱਲ ਬਣ ਜਾਵੇ ਜੀ ਇੱਕ ਨੰਬਰ ਗਰਾਊਂਡ ਦੇ ਵਿੱਚ ਦੇਖੋ ਯਾਰ ਦੋਨੇ ਟੀਮਾਂ ਖੜੀਆਂ ਨੇ ਦਰਬੀ ਵਾਲੇ ਮੁੰਡੇ ਵੀ ਆ ਤੇ ਜੀਨ ਦੀ ਟੀਮ ਵੀ ਆ ਗਈ ਆ ਬਾਈ ਬਣ ਕੇ ਮੈਚ ਆਪਾਂ ਉਧਰ ਸ਼ੁਰੂ ਕਰਾ ਦਈਏ ਬਿਨਾਂ ਕਿਸੇ ਦੇਰੀ ਤੋਂ ਦੋਨੇ ਟੀਮਾਂ ਖੜੀਆਂ ਨੇ ਹਾਲੇ ਆਪਣੇ ਕੋਲ ਵੀਰੇ ਕੁਆਟਰ ਫਾਈਨਲ ਸਾਰੇ ਮੈਚ ਪਏ ਆ ਦੋ ਸੈਮੀ ਫਾਈਨਲ ਇੱਕ ਫਾਈਨਲ ਕੁੱਲ ਮਿਲਾ ਕੇ 7 ਮੈਚ ਆਪਣੇ ਕੋਲ ਪਏ ਆ ਤੇ ਲੇਟ ਆਪਾਂ ਅੱਗੇ ਬਹੁਤ ਹੋਏ ਆ ਬਈ ਬਾਈ ਬਣ ਕੇ ਉਧਰ ਮੈਚ ਸ਼ੁਰੂ ਕਰਵਾਈਏ ਬਿਨਾਂ ਕਿਸੇ ਦੇਰੀ ਤੋਂ ਮੇਰੀ ਬੇਨਤੀ ਆ ਜਿਹੜਾ ਮੈਚ ਇੱਕ ਨੰਬਰ ਦਰਿਆਪੁਰ ਤੇ ਪਲਸ਼ੀਆਂ ਦੀ ਟੀਮ ਇਸ ਤੋਂ ਬਾਅਦ ਬਾਈ ਬਣ ਕੇ 2 ਨੰਬਰ ਗਰਾਊਂਡ ਦੇ ਬਿਲਕੁਲ ਨੇੜੇ ਆ ਕੇ ਕਹਿੰਦੇ ਵਾਰਮ ਅਪ ਰਹਿਣਗੇ ਆ ਮੈਚ ਮੇਰੇ ਮਿੱਤਰੋ ਆ ਵੀ ਕਹਿੰਦੇ ਬਹੁਤ ਚੋਟੀ ਦਾ ਖੇਡਿਆ ਜਾ ਰਿਹਾ ਬਾਈ ਯਾਰ ਜਿਹੜੇ ਜਿਹੜੇ ਕਹਿੰਦੇ ਆ ਵੀ ਢਾਣੀ ਮਹਿਤਾ ਵਾਲੇ ਮੁੰਡਿਆਂ ਨੇ ਲੀਡ ਕੱਟ ਕੇ ਜਿੱਤ ਜਾਣਾ ਇੱਕ ਤਾੜੀ ਮਾਰ ਕੇ ਯਾਰ ਦੋ ਹੌਸਲਾ ਮੁੰਡਿਆਂ ਨੂੰ ਔਰ ਕਹਿੰਦੇ ਜ਼ੋਰ ਥੋੜਾ ਕੱਲੇ ਕੱਲੇ ਖਿਡਾਰੀ ਦਾ ਕਹਿੰਦੇ ਬੜਾ ਲੱਗਿਆ ਹੋਇਆ ਪੁਲਸੀਏ ਨੂੰ ਪੁਲਸੀਆ ਟੱਕਰਿਆ ਪੁਲਸੀਏ ਨੂੰ ਕਹਿੰਦੇ ਪੁਲਸੀਆ ਟੱਕਰਿਆ ਵੀ ਸਪਨਾ ਸੱਪ ਲੜੇ ਯਾਰ ਫਿਰ ਕਿਹਨੂੰ ਚੜੇ ਆਹ ਸਾਹਮਣੇ ਕਮਾਲ ਕਰ ਗਿਆ ਰਵੀ ਕਮਾਂਡੋ ਕਿੱਥੇ ਲੱਗਦਾ ਗੈਬ ਹੀ ਰਹਿੰਦਾ ਹੋ ਜਾਂਦਾ ਤੇ ਤੀਜਾ ਮੈਚ ਹੈ ਤੇ ਤੀਜੀ ਵਾਰੀ ਵਾਰ ਵਾਰਨੀ ਵੀ ਕਮਾਂਡੋ ਨੂੰ ਇੱਥੇ ਰੱਖ ਮੈਨੂੰ ਲੱਗਦਾ ਵੀ ਨੰਬਰ ਹੁਣ 13 ਕਹਿੰਦੇ ਜੋੜ ਦਿੱਤਾ ਇੱਧਰ ਕਿੰਨੇ ਆ ਜੀ 14-13 ਚੌਦਾਂ ਬਰਾਬਰ ਬਈ ਵਾਰੀ ਬਾਈ ਇੱਕ ਤਾੜੀ ਮਾਰੋ ਯਾਰ ਜ਼ੋਰਦਾਰ 14-14 ਦੀ ਬਰਾਬਰੀ ਹੋ ਗਈ ਆ ਦੁਨੀਆਂ ਦੇ ਵੱਡੇ ਵੱਲ ਕਿਹੜੇ ਭਿੜਦੇ ਆਪਸ ਦੇ ਵਿੱਚ ਤੇ ਧਾਰੀ ਮਹਿਤਾ ਵਾਲਾ ਨੇ ਵਾਕਈ ਯਾਰ ਕਮਾਲ ਹੀ ਕਰ ਦਿੱਤੀ ਹੈ ਬੈਸਟ ਨਿਕਲ ਗਿਆ ਅੱਜ ਔਰ ਜੇ ਕਿਤੇ ਹੁਣ 14-15 ਨੰਬਰ ਕਦੇ ਢਾਣੀ ਮਹਿਤਾ ਵਾਲੇ ਕਦੇ ਜੋੜ ਗਏ ਤੇ ਫਿਰ ਕਦੇ ਜੋੜ ਇਹਨਾਂ ਨੇ 16 ਵੀ ਦੇਣਾ ਤੇ ਜੋੜ ਕਹਿੰਦੇ 17 ਵੀ ਦੇਣਾ ਲਵੀ ਲੱਭਿਆ 15 ਕਰਕੇ ਜੇ ਕਿਤੇ 16 ਜੋੜ ਗਏ ਆ ਤੇ 17 ਤੇ ਉਹਨਾਂ ਨੇ ਧੱਕੇ ਨਾਲ ਹੀ ਜੋੜ ਲੈਣਾ ਧੱਕੇ ਨਾਲ ਹੀ ਜੋੜ ਜਾਣਾ ਟਿੱਬੇ ਵਾਲਾ ਖਿੱਚ ਤਿਆਰੀ ਉਧਰ ਰਵੀ ਪੂਨੀਆ ਜਲਾਲ ਦੀ ਵਾਲਾ ਭਰਾ ਸਾਡਾ ਕਹਿੰਦਾ ਹੈ ਵੀ ਜੇ ਕਿਤੇ ਨਵਾਬ ਹੁਣੀ ਮੈਚ ਜਿੱਤ ਗਏ ਔਰ ਫਾਈਨਲ ਚ ਪਹੁੰਚ ਗਏ ਬੈਸਟ ਨਿਕਲਿਆ ਨਵਾਬ ਤੇ ਵੱਡੇ ਸਨਮਾਨ ਕਿਹੜੇ ਜਲਾਲੀਆ ਦੇ ਕੱਪ ਦੇ ਕੇ ਕਰਾਂਗੇ ਆਪਾਂ ਹਰ ਗੱਲਾਂ ਲੱਗਣਗੀਆਂ ਟਿਕਾਣੇ ਆਹ ਸਾਹਮਣੇ ਮੈਚ ਸਿਰੇ ਦਾ 15-14 ਇਧਰਲੇ ਪਾਸੇ ਕਿਹੜੇ ਲੱਭੇ ਨੇ ਸਾਰਾ ਟੱਬਰ ਆਪਣੇ ਆਲੇ ਦੁਆਲੇ ਇਕੱਠਾ ਕਰ ਲਿਆ ਜਿਵੇਂ ਟੋਲੀ ਵਾਲੀ ਕਾਰ ਮੁਰੇ ਸਹੇਲੀਆਂ ਆ ਕੇ ਖੜੀਆਂ ਹੋ ਜਾਂਦੀਆਂ ਉਹੀ ਗੱਲ ਕਿਤੇ ਬਣ ਗਈ ਆ ਆਹ ਢਾਣੀ ਮਹਿਤਾ ਵਾਲੇ ਨੇ ਸੋਚਾਂ ਦੇ ਵਿੱਚ ਪਾ ਦਿੱਤਾ ਹੈ ਲਓ ਨੰਬਰ 15 ਹੋ ਗਿਆ 16 ਦੀ ਭਾਲ ਹੈ ਆਓ ਸਾਹਮਣੇ ਲੱਭਿਆ ਆਓ ਸਾਹਮਣੇ ਆਓ 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 ਸਵਾਰ ਮੇਰੇ ਮਿੱਤਰੋ ਨੰਬਰ ਲਾਸਟ ਆ ਗਿਆ ਨੰਬਰ ਕਹਿੰਦੇ ਲਾਸਟ ਆ ਗਿਆ ਵੀ
ਲੰਬੀ ਸੀਟੀ ਮਾਰ ਸੋਹਣਿਆ ਉਹ ਕਰ ਭੁੱਲ ਗਈ ਮੋੜ ਤੇ ਆ ਕੇ ਲਾਸਟ ਨੰਬਰ ਹੁਣ ਜੋੜਨਾ ਕਿਹੜੇ ਖਿਡਾਰੀ ਨੇ ਹੈ ਕਿਹਨੇ ਲਾਸਟ ਨੰਬਰ ਜੋੜ ਕੇ ਧੰਨ ਧੰਨ ਕਦੇ ਕਰਾ ਦੇਣੀ ਹੈ ਜਾਂ ਫਿਰ ਕਦੇ ਸਰਵਿਸ ਜਿਹੜੀ ਆ ਉਹ ਦੁਬਾਰੇ ਤੋਂ ਚੇਂਜ ਹੋਣੀ ਹੈ ਹਾਲੇ ਪਤਾ ਕੋਈ ਨਹੀਂ ਹੈ ਵੀ ਬਣਨਾ ਕੀ ਹੈ ਚੇਂਜ ਵੀ ਹੋ ਸਕਦੀ ਹੈ ਤੇ ਨੰਬਰ ਲਾਸਟ ਮੇਰੇ ਮਿੱਤਰੋ ਉਹ ਕਦੇ ਮੁੰਡੇ ਜੋੜ ਵੀ ਸਕਦੇ ਆ ਵੀ ਜਾਂਦਾ ਉਹਦੀਆਂ ਨੇ ਮੇਰਾ ਸਿਰ ਪਾਇਆ ਬੇਸ਼ੱਕ ਵੱਡ ਵੱਡ ਖਾਦੀਆਂ ਤੇ ਬੰਦਾ ਜਿੰਨੀਆਂ ਵੀ ਚੀਜ਼ਾਂ ਚਾਹੁੰਦਾ ਜ਼ਿੰਦਗੀ ਚ ਉਹ ਸਾਰੀਆਂ ਨੀ ਮਿਲ ਜਾਂਦੀਆਂ ਬਾਈ ਜੀ ਕਮਾਂਡੋ ਕਿੱਥੇ ਆਵਾਜ਼ ਸੁਣਦਾ ਤੇ ਆ ਰਹੇ ਇੱਕ ਨੰਬਰ ਗਰਾਊਂਡ ਦੇ ਵਿੱਚ ਉਹਦਾ ਮੈਚ ਹੈ ਉਧਰ ਕੋਚ ਸਾਹਿਬ ਕਹਿੰਦੇ ਵੀ ਬੇੜਾ ਪਾਰ ਹੀ ਜਾਣਾ ਹੁਣ ਤੇ ਆਹ ਸਾਹਮਣੇ ਸਰਪੰਚ ਸਾਹਿਬ ਆਏ ਹੋਏ ਨਾਲ ਤੇ ਗੱਲਾਂ ਕਿਹਨੇ ਵੱਡੀਆਂ ਹੋਣੀਆਂ ਨੰਬਰ ਸਤਾਰਵਾਂ ਉਹ ਕੁਲਦੀਪ ਨੇ ਵੀ ਕਿਹੜੇ ਵੱਡੇ ਮਾਰ ਤਾਲ ਹੋਣੇ ਅੱਜ ਵਿਸ਼ੇਸ਼ ਤੌਰ ਤੇ ਕਿਹਨੇ ਸਨਮਾਨ ਕੁਲਦੀਪ ਦਾ ਹੋਣਾ ਹੈ ਪਰ ਇਧਰਲੇ ਪਾਸੇ ਨਵਾਬ ਗਲਤੀ ਵੰਡੀ ਕਰ ਬੈਠਾ ਹੈ ਇੱਕ ਪਾਸੇ ਮਾਨ ਖੇੜੇ ਦਾ ਇੱਕ ਚੋਬਰ ਹੈ ਤੇ ਦੂਜੇ ਪਾਸੇ ਤਿੰਨ ਚਾਰ ਇੱਕੋ ਪਿੰਡ ਦੇ ਆ ਪਰ ਕੱਲਾ ਕਿਹਨੇ ਭਾਰੀ ਪਈ ਜਾਂਦਾ ਹੈ ਆਹ ਸਾਹਮਣੇ 14-16 ਦੋ ਨੰਬਰਾਂ ਲਈ ਕਿਹਨੇ ਘਾਟ ਹੈ ਮੁੰਡੇ ਵਾਲੇ ਕੋਲ ਇਧਰਲੇ ਪਾਸੇ ਔਰ ਉਧਰ ਦੋ ਨੰਬਰਾਂ ਦੀ ਲੀਡ ਹੈ ਆਹ ਸਾਹਮਣੇ ਨੰਬਰ ਪੰਦਰਵਾਂ ਤੇ ਜੋੜੂਗਾ ਕੌਣ ਹੁਣੇ ਕਿਹਨੇ ਪਤਾ ਲੱਗ ਜਾਣਾ ਹੈ ਲੈ ਵੀ ਕਮਾਂਡੋ ਆਇਆ ਕਿ ਨਹੀਂ ਧਾਨੀ ਮਹਿਤਾਬ ਵਾਲਿਆ ਆ ਗਿਆ ਕਮਾਂਡੋ ਲੜਦੀ ਵਾਲਿਆ ਸ਼ਕਤੀ ਫਾਈਨਲ ਖੇਡਦਾ ਅੱਜ ਦੇ ਦਿਨ ਆਹ ਫਾਈਨਲ ਦੇ ਵਿੱਚ ਪ੍ਰਵੇਸ਼ ਕਰਨ ਵਾਲੇ ਫਿਰ ਕਿਹੜੇ 1100 ਹੋਣਗੇ ਹੈਲੋ ਲੈ ਵੀ ਰੈਫਰੀ ਆ ਉਹ ਇੱਕ ਨੰਬਰ ਚ ਕੌਣ ਜਿੱਤੇ ਪਿਛਲਾ ਮੈਚ ਲੈ ਵੀ ਬਚਨੇ ਤੁਸੀਂ ਉਹ ਕਰਾ ਦੇ ਮੈਚ ਉਧਰ ਦੇ ਕਰਾ ਦੇ ਜੇ ਹੈਗਾ ਰੈਫਰੀ ਤੇ ਬਹੁਤ ਵਧੀਆ ਗੱਲ ਜਿਹਦੇ ਕਰਾ ਦੇ ਤੁਸੀਂ ਉਹ ਮੈਚ ਲਓ ਸਾਹਮਣੇ ਬੜਾ ਸੋਹਣਾ ਮੈਚ ਇਧਰਲੇ ਪਾਸੇ ਨੰਬਰ 15 ਦੀ ਜੰਗ ਦੇ ਕਿਹੜੇ ਮਸਲਾ ਹਿੰਡਦਾ ਬਣ ਗਿਆ ਹੈ ਆਓ ਸਾਹਮਣੇ ਧਾਨੀ ਮਹਿਤਾਬ ਵਾਲਾ ਕਿਹੜੇ ਮਲਕੀਤ ਪੂਰਾ ਫਿੱਟਾ ਹੈ ਮੀਰੀ ਅੱਗੇ ਮੇਲੇ ਜਿੰਨੇ ਕੁ ਖੇਡਿਆ ਤੇ ਆਪਣੀਆਂ ਅਲੱਗ ਹੀ ਛਾਪ ਛੱਡਦਾ ਆਓ ਸਾਹਮਣੇ ਥਰਾਂ ਵਾਲੀਆਂ ਮੋਹਤਾ ਕਰ ਦਿੱਤਾ ਉਹਨੇ ਉਹ ਥਰਾਂ ਵਾਲੀਆਂ ਕਿਹਨੇ ਮੋਹਤਾ ਕਰ ਦਿੱਤਾ ਨੰਬਰ ਲਾਸਟ ਜੇ ਥਰਾਂ ਵਾਲੀਆਂ ਨਿੱਕੀ ਹੋ ਗਈ ਪਹਿਲੀ ਗੱਲ ਤੇ ਸੌਣ ਨੂੰ ਜੀ ਨਹੀਂ ਕਰਨਾ ਜੇ ਕਿਹਨੇ ਸੌ ਗਿਆ ਤੇ ਫਿਰ ਧਾਨੀ ਮਹਿਤਾਬ ਵਾਲਾ ਸੁਪਨਿਆਂ ਚ ਆਊਗਾ ਗੱਲ ਪੱਕੀ ਆ ਆਹ ਸਾਹਮਣੇ ਨੰਬਰ ਹਾਲੇ ਨੀ ਥਰਾਂ ਵਾਲੀਆ ਕਹਿੰਦਾ ਵੀ ਮੈਂ ਵੀ ਮੁਕਸਰੋਂ ਚੱਲ ਕੇ ਆਇਆ ਤੇ ਕਿਸੇ ਆਹ ਗੱਲ ਤੇ ਆਇਆ ਆਹ ਸਾਹਮਣੇ ਨੰਬਰ ਹਾਲੇ ਲਾਸਟ ਤੇ ਪੈਂਡਿੰਗ ਹੈ ਕਿੰਨੇ ਹੋ ਗਏ ਲੱਭੇ ਓਏ ਲਓ 14-16 ਨੰਬਰ 15 ਇਧਰਲੇ ਪਾਸੇ ਗੱਲਬਾਤ ਕਿਹੜੇ ਵੱਡੀ ਬਣ ਗਈ ਹੈ ਨੰਬਰ 15 ਤੇ ਗੱਲਬਾਤ ਕਿਹੜੇ ਵੱਡੀ ਬਣ ਗਈ ਕਿਸੇ ਦਾ ਗਲਤੀ ਕਰਨ ਨੂੰ ਜੀ ਨਹੀਂ ਕਰਦਾ ਪਰ ਸਮੇਂ ਨੇ
ਕਰਾ ਦੇਣੀ ਹੈ, ਗੱਲ ਪੱਕੀ ਹੈ, ਸਮੇਂ ਨਿੱਕੇ ਨੇ ਕਰਾ ਦੇਣੀ ਹੈ, ਕਿਉਂਕਿ ਵਾਕਿਆ ਮੈਚ ਐਨ ਉਸ ਮੌਕੇ ਦੇ ਉਸ ਮੋੜ ਤੇ ਆਣ ਖੜ ਗਿਆ ਵੀ ਜਿੱਥੇ ਗਲਤੀ ਕੋਈ ਨੀ ਕਰਨਾ ਚਾਹੁੰਦਾ ਹੈ ਪਰ ਹੋ ਰਹੀ ਹੈ ਗਲਤੀ, ਗੱਲ ਪੱਕੀ ਹੈ। ਰਾਹ ਸਾਹਮਣੇ ਨੰਬਰ 15 ਉਧਰੇ ਪਾਸੇ ਨਵਾਬ, ਇੱਕ ਪਾਸੇ ਦੇ ਦਲੇ ਪਾਸੇ ਟਿੱਬੇ ਵਾਲਾ ਸੁਪਰਾ, ਦੁਨੀਆ ਦੇ ਦੋ ਗਲਤੀ ਭੁੱਲਰ ਕਿਹਦੇ ਗਲਤੀ ਕਰ ਬੈਠਾ ਹੈ। ਨੰਬਰ 15 ਤੇ 16 ਹੁਣ ਜੁੜੂਗਾ ਮੈਨੂੰ ਲੱਗਦਾ ਹੈ, ਮਾਨ ਖੇੜੇ ਵਾਲੇ ਨੇ ਬਾਬਾ ਲੱਭਿਆ ਹੈ। ਔਰ ਸਾਹਮਣੇ 14 ਤੋਂ ਕਿਹਦੇ 15 ਹੋਇਆ ਹੈ, ਔਰ ਸਾਹਮਣੇ ਸਰਵੇ ਕਰਨ ਲਈ ਫੇਰ ਲੱਭਾ ਕਿਹੜੇ ਮਾਨ ਖੇੜੇ ਵਾਲਾ ਕਿਹੜੇ ਤਿਆਰ ਵਰ ਤਿਆਰ ਹੈ, ਫੌਜੀ ਦੇ ਨਾਲ ਭਰਾਵਾਂ ਵਰਗਾ ਪਿਆਰ ਹੈ। ਔਰ ਸਾਹਮਣੇ ਸੀਪਾ ਜੈ ਵਸਿਆ ਵਿੱਚ ਕੈਨੇਡਾ ਦੇ ਤੇ ਗੱਲਾਂ ਕਿਹੜੇ ਟਿਕਾਣੇ ਲੱਗੀਆਂ ਹੈ, ਜਦੋਂ ਜਦੋਂ ਖੇਡੇ ਇਕੱਠੇ ਜੈਨਦਾਰ ਤੇ ਕੈਰੀ ਵੀ ਲੱਭਾ ਦੇ ਗੱਲਾਂ ਲਾਈਆਂ ਟਿਕਾਣੇ ਮੁੰਡਿਆਂ ਨੇ, ਪਰ ਸਾਹਮਣੇ ਆ ਤੇ ਕਿਹੜੇ ਕੁਝ ਹੋਰ ਹੀ ਬਣੀ ਆਉਂਦਾ ਹੈ। ਨੰਬਰ 15 ਤੇ 16 ਜੇ ਕਿਤੇ 16-16 ਹੋ ਗਏ ਜੱਪ ਕਸੂਤਾ ਬਣਨਾ ਹੈ, ਜੇ ਕਿਤੇ 17 ਹੋ ਗਏ ਕਿਸੇ ਟੀਮ ਨੇ ਫੇਰ ਗੱਲ ਮੁੱਕ ਜਾਣੀਆਂ ਹੈ। ਆਹ ਸਾਹਮਣੇ ਨੰਬਰ ਇਹਦੇ ਪਾਸੇ ਥਰਾਜ ਵਾਲੀਆਂ ਫਿੱਟ ਹੋਇਆ ਹੈ ਵੀ ਮਾਣ ਨੀ ਕਰੀਦਾ ਭਰਾਵਾਂ ਕਿਸੇ ਗੱਲ ਦਾ, ਆਹ ਲੋਕੀ ਕੱਬਿਆਂ ਤੋਂ ਕੱਬੇ ਪਏ ਹੈ, ਕਈਆਂ ਨੂੰ ਪਤਾ ਨੀ ਪੈਸਾ ਕਿੱਥੇ ਕਿੱਥੇ ਸਾਡਾ, ਕਈ ਕਰਜ਼ੇ ਤੇ ਲੱਦੇ ਪਏ ਹੈ, ਰੇਸ਼ਮੀ ਪੁਸ਼ਾਕਾਂ ਇੱਥੇ ਪੌੜੇ ਵਪਾਰੀ ਨਾਲ ਕਿਸਾਨਾਂ ਦੇ ਪਾਟੇ ਹੋਏ ਝੱਗੇ ਪਏ ਆ, ਠੀਕਰਾ ਵਜਾ ਕੇ ਕਈ ਗਾਉਂਦੇ ਆ ਸੁਰੀਲਾ, ਕਈ ਮਾਰ ਕੇ ਤਪੂਸੀ ਆਏ ਅੱਗੇ ਪਏ ਆ, ਕਈਆਂ ਦੇ ਨਿਆਣੇ ਨੇ ਤਾਂ ਭੁੱਖੇ ਹੀ ਸੌ ਜਾਂਦੇ ਤੇ ਕੁੱਤੇ ਕਈਆਂ ਦੇ ਬਰੇਡਾਂ ਨਾਲ ਰੱਜੇ ਪਏ ਆ, ਤੇਰਾ ਸ਼ੇਰੋ ਵਾਲਾ ਮੱਟ ਲਿਖੇ ਥੋੜਾ ਵਾਲਾ ਸੱਚ, ਉਹ ਜੱਗ ਦੇ ਲਿਖਾਰੀ ਵੱਡੇ ਵੱਡੇ ਪਏ ਆ, ਆਹ ਮਾਰ ਨੀ ਕਰੀਦਾ ਭਰਾਵਾਂ ਕਿਸੇ ਗੱਲ ਦਾ, ਲੋਕੀ ਕੱਬਿਆਂ ਤੋਂ ਕੱਬੇ ਪਏ ਆ, ਤੇ ਮੈਨੂੰ ਐ ਕਿਉਂ ਲੱਗਦਾ ਵੀ ਜਿਹਨੇ ਗਲਤੀ ਕੀਤੀ ਹੈ ਅੱਧੀ ਰਾਤ ਨੂੰ ਇੱਥੇ ਹੀ ਛੱਡ ਕੇ ਜਾਣਗੇ, ਉਹਨੂੰ ਨੀ ਨਾਲ ਲੈ ਕੇ ਜਾਂਦੇ, ਖਾਲਸੇ ਨੇ ਗਲਤੀ ਕੀਤੀ ਹੈ। ਔਰ ਲੰਬੇ ਹੁਣਾਂ ਨੇ ਕਹਿਣਾ ਹੈ ਵੀ ਇਹ ਤੇ ਸਾਡੇ ਨਾਲ ਆਇਆ ਹੀ ਨਹੀਂ ਸੀ, ਇਹਦੀ ਭਾਵੇਂ ਵੋਟ ਇੱਥੋਂ ਦੀ ਬਣਵਾ ਲਓ, ਔਰ ਸਾਹਮਣੇ ਕੰਮ ਔਖਾ ਹੀ ਹੈ ਹੁਣ ਤੇ। ਰਾਉ ਨੰਬਰ ਲਾਸਟ, ਬੱਲੇ 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 ਨੰਬਰ ਲਾਸ਼ ਉਹਦੀ ਮਾਂ ਮਿੱਟੀ ਦੀ ਧੂੜ ਸਾਹਮਣੇ ਲੱਗਿਆ ਹੋਇਆ ਜ਼ੋਰ, ਆਹ ਸਾਹਮਣੇ ਸਵਾਲ 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 ਲੋਕੋ ਰੌਲਾ ਰੌਲਾ ਇੱਥੇ